اللمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين اللهم صل على محمد وآل محمد وعجل فرج آل محمد بسم الله الرحمن الرحيم بانیان صفے آزاد جملہ مرحومین واسطے اصال ثواب واسطے ذکر دا اہتمام کرایا گئے بالخصوص ملک سرفراز حسین گلوتر، ملک سلطان علی، ملک سمند خان، باقی بھی خان وادے دے جتنے مرحومین ٹر گئے انہاں واسطے، اپنے اپنے مرحومین واسطے، لاوارث مومنین مومنات جنہاں دا فاتحہ پڑھن والا کوئی نہیں، انہاں واسطے، سادات عظام مرحومین واسطے، شہدائے ملت جعفریہ واسطے، مرحومین ذاکرین مومنین علماء حق واسطے تے میرے بابا مرحوم واسطے مشترکہ فاتحہ پڑھو جا. بسم اللہ الرحمن الرحیم، الحمدللہ رب العالمین، الرحمن الرحیم، مالک یوم الدین، مجلس آزادی قبولیت واسطے، ٹورائے دی قبولیت واسطے، حاجات دی قبولیت واسطے، مرحومین دے بلندی درجات واسطے، بیماراں دی شفا واسطے، بالخصوص گوہر عباس علی حسین بانی مجلس دا بیٹا ہے، اپنے بیماراں دی شفا واسطے، جڑے بے اولاد انہاں دی اولاد نرینا واسطے، بالخصوص وارث دی آمد و سلامتی واسطے ہک پڑھو تے با جماعت صلوات پڑھو سا. اعوذ باللہ من الشیطان اللعین الرجیم. بسم اللہ الرحمن الرحیم.
علی تویں میرا امام مومن منافق دی پہچان الحمدللہ رب العالمین والعاقبۃ للمتقین وجنۃ للمومنین والنار للکافرین والمنافقین بے شمار الصلاۃ والسلام علی من کان نبیاں و آدم بین الماء والتین صلوات صلی اللہ علیہ وسلم. کوشش کرو تھکی ہوئی نہیں سونی صلوات پڑھو جا سید سکلا سل مشرقائن والمغربائن جدل حسن والحسین ابل قاسم محمد صلوات محمد والے آدار ببسائے فائنیات آئین عمر مہین ضربت ولی فی یوم الخندق افضل من بعدت ثقلین وولد سبتین الحسن والحسین نعرہ حیدری یا علی مشکل کشا علی الصلوات والسلام علی سیدت الجلیلات المخدومات المحرومات المرا سے ابیہا سیدت نساء العالمین اللہم محمد بے داغ نگینہ عصمت دا گٹ پڑھنا دل بن گئے آج اپنی مرضی نال اس گرمی دے وچ اوندا میں صاحب پڑھا جڑا 6 مہینہ دا ہی تے 72 گھنٹاں دا پیاسا پتر بہو چھوٹا ہوئے نا جھولی والی ہوئے نا کہیں دی ہوئے نہ ہوئے ماں پیو دی حسرت ہوندی ہے
ਕਦਾਂ ਤਾਂ ਜਵਾਨ ਥੀ ਸੀ ਦੀ ਚਲੋ ਲਾਉਸ ਪੁਛਾ ਦੇਣਾ ਨੌ ਰਜਬ ਕੋ ਆਮਦ ਹੋਈ ਅਠਾਵੀ ਰਜਬ ਕੋ ਹੁਸੈਨ ਵਤਨ ਛੋੜਾ ਬਿਰਾਦ ਹੈ ਇਹ ਉਹ ਸ਼ਹਿਜ਼ਾਦਾ ਹੈ ਜਿਹਦੀ ਜ਼ਿੰਦਗੀ ਵੀ ਸਫਰਾਂ ਚ ਗੁਜ਼ਰ ਗਈ ਮਾਂ ਪਿਓ ਦੀ ਹਸਰਤ ਹੁੰਦੀ ਹੈ ਨਾ ਜਵਾਨ ਥੀ ਸੀ ਖੁਸ਼ੀਆਂ ਮਨੇ ਸਾਂ ਅੱਜ ਮੈਂ ਹੀ ਬੰਦ ਚ ਉਹ ਮਾਂ ਦੀ ਹਸਰਤ ਸੁਣਾਵਣੀ ਏ ਜਿਹਦੀ ਹਸਰਤ ਹਸਰਤ ਰਹੇਗੀ ਡਾ ਮੁਹਰਮ ਦੀ ਪੁੱਤਰ ਕੋ ਮਿੱਟੀ ਤੋਂ ਚਾਹ ਕੇ ਝੋਲੀ ਚ ਬਲਾਈ ਬੈਠੀ ਜਿਹੜੀ ਗਾਲ ਬੈਠੀ ਕਰੇ ਬੀਬੀ ਆਦੀਏ ਇਸਮਤ ਤੱਕ ਮੈਂ ਮਾਫੂਲ ਰੱਖੇਂਦੀ ਅੱਜ ਵਤਾ ਨਾ ਹੁੰਦਾ ਪੇਕੀ ਸ਼ਾਹੀ ਤਲੇ ਸਾਰੇ ਨਾਜ਼ ਮਨੇ ਬੀਬੀ ਆਦੀਏ ਤੂੰ ਜਵਾਨ ਥੀ ਨੋ ਮਾਡਾ ਚਨ ਸੇਰਾ ਸਗਣ ਦਾ ਪੈਂਦੀ ਕੋਈ ਲੱਗ ਗਈ ਨਜ਼ਾਰ ਸਕੀਫੇ ਦੀ ਪਈਆਂ ਖੀਰ ਦਾ ਹੱਕ ਲੱਖ ਦਫਾ ਕੁਰਬਾਨ ਹੋਵਾ ਹਾਂ ਹਲਦਾ ਨਾ ਮੂੰਹ ਚੋਂ ਹੈ ਨਿਕਲਦੀ ਹੈ ਮੈਂ ਪੜ੍ਹ ਲਿਆ ਸਾਂ ਕਮ ਅਜ਼ ਕਮ ਜਿਹੜਾ ਮੈਂ ਸਾਹਿਬ ਭਾਵੇਂ ਮਰਜ਼ੀ ਨਾਲ ਪਿਆ ਪੜ੍ਹਨਾ ਗਰਮੀ ਕੋ ਡੇਗ ਕੇ ਸ਼ੁਰੂ ਕੀਤਾ ਜੋ ਤੁਹਾਨੂੰ ਬਾਕੀ ਮਜਲਿਸ ਦੇ ਵਿੱਚ ਗਰਮੀ ਦਾ ਅਹਿਸਾਸ ਨਾ ਰਹੇ ਈਮ ਸਾਹਿਬ ਵਿੱਚ ਮਿਹਨਤ ਨਹੀਂ ਬਣਦੀ ਸੱਤਰ ਮੈਂ ਆਖੀਏ ਹੇ ਮਾਵਾਂ ਦੇ ਹਿੱਸੇ ਦੀ ਇਹ ਮਾਵਾਂ ਸਮਝੇ ਸਨ ਲੱਖ ਮਜਾਲ ਕਿਉਂਕਿ ਬਾਬਲ ਹਵੈ ਜੇ ਨਾ ਤਾਂ ਮੈਂ ਈ ਦਾ ਵਾਸਤਾ ਦੇ ਕੇ ਦੁਆ ਪਿਆ ਮੰਗਣਾ ਕਦਾਂ ਮਾਂ ਦੇ ਸਾਹਮਣੇ ਪੁੱਤਰ ਨਾ ਮਰੇ ਤੇ ਅੱਲਾਹ ਨਾ ਕਰੇ ਬੁਰਾ ਜ਼ਿਆਦਾ ਲਿਓ ਗਿਰਦੋ ਨਵਾ ਲਿਓ ਅੱਲਾਹ ਨਾ ਕਰੇ ਕਦਾਂ ਮਾਂ ਦੇ ਸਾਹਮਣੇ ਪੁੱਤਰ ਮਰਦਾ ਪਿਆ ਹੋਵੇ ਮਾਂ ਦੇਖ ਨਹੀਂ ਸੰਗਦੀ ਪੁੱਤਰ ਤੇ ਆਓ ਖਾਵੇ ਨਾ ਕੰਡ ਕਰਕੇ ਰੋਣ ਲੱਗ ਪੈਂਦੀ ਇਹ ਮਾਵਾਂ ਬੈਠੀਆਂ ਵੱਤ ਜਿਹੜੀਆਂ ਸਿਆਣੀਆਂ ਮਸਤੂਰਾਂ ਹੁੰਦੀਆਂ ਨੇ ਕਰੀਬੀ ਰਿਸ਼ਤੇਦਾਰਾਂ ਮਾਵਾਂ ਮਾਸੀਆਂ ਫੁੱਫੀਆਂ ਚਾਚੀਆਂ ਭੈਣਾਂ ਉਹ ਕੋਲ ਆ ਕੇ ਆਦੀਆਂ ਨੇ ਕੰਡ ਨੱਕਰ ਸਾਧ ਸਹਿੰਦੇ ਨੀ ਬਚਦਾ ਨਿਵੀ ਚਲੋ ਜਿਹੜੇ ਥੋੜੇ ਸਾਹ ਸਰ ਝੋਲੀ ਚ ਪਾ ਜ਼ਿੰਦਗੀ ਚ ਖੀਰ ਬਖੇ ਛੋੜੇ ਜਿਹੜੀ ਜੁਰਤ ਵਾਲੀ ਮਾਂ ਹੋਵੇ ਨਾ ਉਹ ਕੰਡ ਕਰ ਵੈਂਦੀ ਹੈ ਹੁਣ ਦੇਖ
ਕਿਉਂ ਸਾਕੂੰ ਆਪਣੇ ਦੁੱਖਾਂ ਦੇ ਵਿੱਚ ਕਰਬਲਾ ਲਾਂ ਦਾ ਤਜ਼ਕਰਾ ਥੀਵੇ ਤਾਂ ਵੱਤ ਦੁੱਖ ਆਪਣੇ ਭੁੱਲ ਵੈਂਦੇ ਨੇ। ਦੇਖ ਕਰਬਲਾ ਦੀ ਕਿਹੜੀ ਜੁਰਤ ਅਲੀ ਮਾਂ ਏ, ਜੀਂਦੇ ਪੁੱਤਰ ਕੋ ਪਿਆ ਦੀਏ, ਕੋਈ ਲੱਗ ਗਈ ਏ ਨਜ਼ਰ ਸਕੀਫੇ ਦੀ, ਪਈਆਂ ਖੀਰ ਦਾ ਹੱਕ ਬਖਸ਼ੇਂਦੀ। ਅਗਰ ਹੌਸਲੇ ਜੁਰਤ ਦੇ ਵਿੱਚ ਮਾਂ ਮਾਂ ਹੈ ਨਾ, ਘੱਟ ਪੁੱਤਰ ਵੀ ਕੋਈ ਨਹੀਂ। ਬਾਬਾ ਮਰੋਮ ਪੜਦਾ ਰਹਿੰਦਾ ਹਈ ਹਈ ਛੀ ਮਹੀਨਾ ਦਾ ਪਰ ਹਈ ਅਲੀ, ਮਾਂ ਦੀ ਝੋਲੀ ਤੜਪੇ। ਕਹਿੰਦੇ ਇੱਕ ਸੌ ਸਾਲ ਕੋਲ ਹੀ ਪੁਰਾਣਾ ਬੰਦੇ, ਮੇਰਾ ਡਾਡਾ ਹੀ ਫੜਦਾ ਆਈ, ਬਾਬਾ ਹੀ ਫੜਦਾ ਆਈ, ਤੇ ਤੜਪ ਕੇ ਅਸਗਰ ਆਦੇ ਅੱਜ ਵਿੱਚ ਮੈਦਾਨ ਮੁਸੀਬਤ ਦੇ, ਹਰ ਮੁਰਸਲ ਤੂੰ ਮਨਵਾਵਾਂ। ਅਸਗਰ ਆਦੇ ਢਹਿ ਹਰ ਦੀ ਤੀਰ ਕਮਾਨ ਵਨੇ, ਜੱਡਾਂ ਖੁਸ਼ਕ ਜ਼ਬਾਨ ਹਲਾਵਾਂ। ਅਦੇ ਅਮਾਂ ਗੁਜ਼ੋਰ ਹੈ ਫਿਸਕ ਦੇ ਬਦਲਾਂ ਦਾ, ਮੈਂ ਆਵਾਂ ਜਾਂ ਨਾ ਆਵਾਂ। ਲਫ਼ਜ਼ ਹੀ ਉਹ ਸੁਣਨੇ ਅਸਗਰ ਆਦੇ, ਜੱਡਾਂ ਬਚੜੇ ਹੱਕ ਕੋ ਜੀਤ ਵਨੇ, ਪਿੱਛੇ ਹੱਕ ਬਖਸ਼ੇਂਦੀਆਂ। ਜਲਦੀ ਨਾ ਕਰ ਹਾਲ ਖੀਰ ਨ ਬਖਸ਼, ਅੰਮਾ ਅੱਜ ਮੇਰੇ ਬਾਬੇ ਦੋ ਪੁੱਤਰ ਕੁਰਬਾਨ ਕਰਨੇ। ਅਕਬਰ ਥੀ ਗਏ ਤੇ ਮੈਂ ਕੋ ਹੁਣੇ ਘਿਨ ਵੈਸੀ, ਮੇਰਾ ਯਕੀਨ ਹੈ ਇੱਥੇ ਹੁਸੈਨ ਦੀ ਕਬਰ ਰੱਖਦੇ ਨਾ, ਬਸ ਸ਼ੀਆ ਸੁਣੀ ਦੀ ਗੱਲ ਨਹੀਂ, ਹੁਸੈਨ ਦੀ ਕਬਰ ਹੀ ਵੀ ਤਾਂ ਹੈ ਤੇਰੇ ਮੂੰਹ ਚੋਂ ਨਿਕਲ ਸੀ। ਅਮਾ ਬਾਬਾ ਮੈਂ ਕੋਣੇ ਗਿਣ ਵੈਸੀ, ਮੈਂ ਮਜਬੂਰੀ ਮੇਰੀ ਤਸ ਮੇਰੇ ਬਿਕੇ ਹੋਏ ਹੋਟ ਦੇ ਕੇ, ਜਲਦੀ ਨਾ ਕਰੇ ਖੀਰ ਬਖਸ਼ਣ ਦੀ। ਮੈਦਾਨ ਵੰਨਿਆ ਇਸ਼ਾਰੇ ਦਾ ਲਾਉਦੇ ਇਹ ਧਰਤੀ ਕਦਰ ਕਰੇ ਸੀ। ਅਸਗਰ ਆਦੇ ਬਾਬਾ ਪਾਣੀ ਪਿਲਾ ਕੇ ਘਿਣ ਆਵੇ, ਵੱਤ ਵੀ ਜਲਦੀ ਨਾ ਕਰੇ ਖੀਰ ਬਖਸ਼ਣ ਦੀ। ਮਾਂ ਦੀ ਕਿਹੜੇ ਵੇਲੇ ਬਖਸ਼ਾਂ, ਅਸਗਰ ਆਦੇ ਜਿੱਦਾਂ ਬਾਬਾ ਘਿਣ ਆਵੇ ਨਾ, ਮੇਰੇ ਦੇਖੋ ਸਾਰੇ ਬਈ ਅੰਮਾ ਪਹਿਲੇ ਘਿਣ ਵਨੇ, ਉਹ ਦੇਖ ਧੁੱਪ ਤੇ ਪਈ ਆਈ ਮੇਰੇ ਵੀਰ ਅਕਬਰ ਦੀ ਲਾਸ਼। ਅਸਗਰ ਆਦੇ ਵਾਨ ਕੇ ਮੈਂ ਕੋ ਅਕਬਰ ਦੇ ਨਾਲ ਸਮਾਵੇ, ਅਕਬਰ ਦੇ ਨਾਲ ਸਮਾ ਕੇ ਵੱਤ ਮੈਡਾ ਜ਼ਖਮ ਮਿਲਾਵੇ, ਅਕਬਰ ਜਿਤਨਾ ਹੋਵੇ ਤਾਂ ਮਾਂ ਬਣੇ। ਅਮੀਰ ਬੰਦੇ ਜਾਂਦੇ ਮੂੰਹ ਚੋਂ ਹੈ ਹੀ ਨਹੀਂ ਤਾਂ ਨਾ ਮਾਂ ਬਣੇ ਨਾ ਖੀਰ ਦਾ ਹੱਕ ਬਖਸ਼ੇ। ਅਸਲ ਤਾਂ ਅਗਰ ਸਮਝੋ ਤਾਂ ਲਾਵੇ ਨਹੀਂ, ਜੋ ਝੂਲਾ ਸਾਹਮਣੇ ਹੋਵੇ ਤਾਂ ਤੂੰ ਮੰਗ, ਤੇਰੇ ਮੰਗਣ ਵਾਸਤੇ ਹੁਸੈਨ ਦੇ ਅਸਗਰ ਦਾ ਨਾਂ ਹੀ ਕਾਫੀ ਹੈ। ਇਵੇਂ ਹੈ ਨਾ, ਇਹ ਕਬਰੇ ਹੁਸੈਨ ਹੈ, ਇੱਕ ਅਲਾ ਖਾਨਾ ਨਹੀਂ, ਇੱਕ ਕਰਬਲਾ ਸਮਝੋ। ਇਹਦਾ ਬੜੀ ਇੱਜ਼ਤ ਕਰਨੀ ਚਾਹੀਦੀ ਹੈ। ਜਿਹੜਾ ਵਾਕਿਆ ਕੁਝ ਨਹੀਂ ਪਹਿਲੇ ਹੋਏ, ਮੈਂ ਉਸਦੀ ਮੁਰੰਮਤ ਕਰਾਂਦਾ, ਉਹ ਨਹੀਂ ਹੋਣਾ ਚਾਹੀਦਾ। ਬਹਰਹਾਲ ਇਹ ਤਾਂ ਹਰ ਕਹਿ ਕੋ ਅਦਾਬ ਹੋਣਾ ਚਾਹੀਦਾ ਨਾ। ਵੱਲਾ ਕਦਾਂ ਮੈਂ ਇਹਨਾਂ ਗਾਲੀ ਦਾ ਆਦੀ ਨਾ, ਜੇ ਮੈਂ ਮਿੰਬਰ ਦੇ ਉੱਤੇ ਤਜ਼ਕਰੇ ਕਰ ਖਾਣਾ। ਬਹਰਹਾਲ ਇਹ ਵੀ ਸਬਕ ਵਾਸਤੇ, ਹਾਂ ਇਹ ਵਾਕਿਆ ਤਾਂ ਸੋਹਣਾ ਹੋਇਆ ਵੇ ਨਾ, ਜੋ ਇੱਕ ਬੰਦੇ ਕੋ ਸਜ਼ਾ ਮਿਲੀ ਆਈ ਸ਼ਰਾਬ ਪੀਵਣ ਦੀ ਵਜ੍ਹਾ ਤੋਂ।
ਵਾ ਤੂੰ ਆਖਾ ਜੋ ਮਹਿਕੂ ਪੱਥਰ ਉਹ ਮਾਰੇ ਜੇ ਆਪ ਜ਼ਿੰਦਗੀ ਚ ਨੱਪੀ ਤੀ ਹੋ। ਮੈਂ ਇੱਕ ਗੱਲ ਕਰੇ ਸਾਂ ਜੋ ਮਿੰਬਰ ਦੀ ਇੱਜ਼ਤ ਦੀ ਗਾਲ ਹੀ ਉਹ ਕਰੇ ਜਿਹੜਾ ਆਪ ਕਰੇਂਦਾ ਹੋਵੇ। ਜੇ ਕੋ ਅੱਜ ਢੇਰ ਤਕਲੀਫ ਪਈ ਥੀਂਦੀ ਏ ਤੇ ਯੂਟਿਊਬ ਯੂਟਿਊਬ ਦਾ ਜਿਹੜਾ ਢੇਰ ਜ਼ਿਕਰ ਕਰੇਂਦਾ, ਵੀਡੀਓ ਤਾਂ ਯੂਟਿਊਬ ਤੇ ਮੌਜੂਦ ਏ। ਅੱਲਾਹ ਆਸਾਨੀਆਂ ਪੈਦਾ ਕਰੇ ਹਾਮਦ ਰਜ਼ਾ ਸੁਲਤਾਨੀ ਵਾਸਤੇ। ਜਦੋਂ ਜ਼ਾਤੀ ਇਖਤਲਾਫ ਹੈ ਇਸ ਤਾਈ ਮਿੰਬਰ ਤੇ ਖੜ ਕੇ ਉਹ ਕੋ ਗੱਲ ਨਹੀਂ ਕੱਢੀਆਂ ਜਾਂ ਨਹੀਂ ਕੱਢੀਆਂ, ਬੋਲੋ ਮੈਂ ਹਕੀਕਤ ਵੀ ਆਦ ਤੇ ਜਿਹੜੇ ਜ਼ਾਕਰੀਨ ਜਿਹੜੇ ਦਵਾਰ ਬਲਕਿ ਈ ਮਹਿਫਿਲ ਚ ਕੁਝ ਹਨ ਜਿਹੜਾ ਉਹਨਾਂ ਦਾ ਮਸਲਾ ਬਣਾ ਕਰਬਲਾ ਵਿੱਚ ਹੈ। ਈ ਕਰਬਲਾ ਖੜ ਕੇ ਇਹ ਤਾਂ ਸਿਰਫ ਕਰਬਲਾ ਆਦੇ ਹੈ, ਇਹ ਹੁਸੈਨ ਦੀ ਕਬਰ ਮਨੇਨੇ ਹੈ ਤੇ ਹੇ ਹੈਂ ਇੱਥਾਂ ਤਕਲੀਫ ਥੀਂਦੀ ਏ ਤੇ ਜੇ ਕਰਬਲਾ ਖੜ ਕੇ ਸੁਲਤਾਨੀ ਸਾਹਿਬ ਕੋ ਗਾਲੀ ਕੱਢੀਆਂ। ਮੁਹਾਸਬਾ ਤਾਂ ਸਾਰਿਆਂ ਦਾ ਹੋਣਾ ਚਾਹੀਦਾ ਹੈ, ਸਿਰਫ ਈ ਗਾਲ ਤੇ ਨਹੀਂ ਵੀ ਜਿਨ੍ਹਾਂ ਨਾਲ ਬਈ ਕਾਟ ਹੋਵੇ ਤਾਂ ਸਿਰਫ ਬਸ ਉਨ੍ਹਾਂ ਕੋ ਤੁਨ ਕੇ ਰੱਖੋ ਨਾ। ਇਹ ਕੁਝ ਦਿਹਾੜੇ ਪਹਿਲੇ ਤੁਸੀਂ ਉਹ ਵੀਡੀਓ ਨਹੀਂ ਡਿੱਠੀ ਜਾਂਦੇ ਤੇ ਇੱਕ ਜ਼ਾਕਿਰ ਜਨਾਬ ਜਸ਼ਨ ਪੀਆ ਪੜਦਾ ਤੇ ਮਿੰਬਰ ਦੇ ਉੱਤੇ ਨੱਚਦਾ ਖੜੇ, ਉਹ 10 ਲੱਖ ਰੁਪਇਆ ਦਿੱਤਾ ਤਾਂ ਉਹਦੇ ਵੇਲੇ ਚੁੱਪ ਥੀ ਗਈ ਹੈ। ਮਾਸਬਾ ਬਣਦਾ ਹੈ ਤਾਂ ਵਾ ਸਾਰਾ ਵੇਲੇ ਬਣਦਾ ਹੈ। ਇਹ ਤਾਂ ਸਾਡੇ ਕੋਲ, ਮੈਂ ਤਾਂ ਆਪਣੀ ਕਸਮ ਦੇ ਚੁੱਕਾਂ, ਨਾਲੇ ਮੇਰੀ ਜ਼ਿੰਦਗੀ ਤੁਹਾਡੇ ਸਾਹਮਣੇ ਗੁਜ਼ਰੀ ਖੜੀ ਹੈ, ਕੋਈ ਇੱਕ ਬੰਦਾ ਸਾਬਿਤ ਕਰੇ ਕਹਿੰਦੀ ਦੀ ਮੈਂ ਖੁਸ਼ਾਮਦ ਕੀਤੀ ਹੋਵੇ। ਇਹ ਹੁਣ ਮੇਰੇ ਕੋਲ ਆਏ ਥੋੜ੍ਹੀ ਦੇਰ ਪਹਿਲੇ ਆ ਕੇ, ਸੱਯਦ 5 ਮਿੰਟ ਰੋਕੋ ਸਾਰੇ ਲੰਗਰ ਪੇ ਕਰੇ। ਮੈਂ ਆਖਿਆ ਮੈਂ ਕੋਈ ਨਵਾਂ ਦਾਕਰ ਹਾਂ, ਜ਼ਿੰਦਗੀ ਦਾ ਢੇਰ ਹਿੱਸਾ ਇਹਨਾਂ ਦੇ ਸਾਹਮਣੇ ਗੁਜ਼ਰੇਂਦਾ ਵਾ। ਜਿਸ ਤਰੀਕੇ ਨਾਲ ਸਾਦਾਤ ਦੇ ਮਿੰਬਰ ਦੇ ਉੱਤੇ ਕੋਈ ਜ਼ਾਤੀ ਤੌਰ ਤੇ ਤਾਂ ਮੁਹੰਮਦ ਹੁਸੈਨ ਸ਼ਾਹ ਗਾਲ ਨਹੀਂ ਕੱਢੀ, ਸਿਰਫ ਮੁਸਕਰਾਏ ਨਾ ਤੇ ਉਸਦੇ ਹੀ ਲੋਕਾਂ ਮਹਿਸੂਸ ਕੀਤੇ ਤੇ ਕਰਨਾ ਚਾਹੀਦਾ ਹੈ। ਤੇ ਮੈਂ ਹੀ ਬਲਕਿ ਹੁਣ ਤਾਂ ਉਹਦੀ ਵੀਡੀਓ ਆ ਗਈ ਜਿਹਦੇ ਵਿੱਚ ਉਹ ਮਾਜ਼ਰਤ ਪਿਆ ਕਰਦਾ। ਮਾਫੀ ਮੰਗਣ ਵਾਸਤੇ ਵੀ ਜੁਰਤ ਚਾਹੀਦੀ ਹੈ, ਇਵੇਂ ਹੈ ਨਾ। ਅਸਾਂ ਕੋਈ ਤੁਹਾਡੇ 'ਚ ਕੋਈ ਆਖ ਸਕਦਾ ਹੈ ਜਿਹੜਾ ਮੁਕੰਮਲ ਹੋਵੇ? ਗਲਤੀ ਤਾਂ ਹਰ ਕਹਿ ਕੋਲ ਥੀ ਸਕਦੀ ਹੈ। ਹਾਂ, ਕਦਾਂ ਇਹ ਸੋਚਿਆ ਹੀ ਜੋ ਹੋਰ ਕੋ ਕਿਉਂ ਬਖਸ਼ਿਸ, ਹੋਰ ਕੋਲ ਵੱਡਾ ਕੋਈ ਗੁਸਤਾਖ ਹੈ? ਕੈਸਰ ਜਿਵੇਂ ਵਾਗ ਜਦੋਂ ਹੱਥ ਪਾਤੇ ਸੀ ਨਾ ਹੁਸੈਨ ਆਦੇ, ਹੋਰ ਤੇਰੀ ਮਾਂ ਤੇਰੇ ਗਮ ਵਿੱਚ ਰੋਵੇ। ਮੈਂ ਦੱਸਿਆ ਨਾ ਹੁਸੈਨ ਕਿਹੜੀ ਗੱਲ ਤੋਂ ਬਾਅਦ ਹੋਰ ਕੋ ਬਖਸ਼ਿਸ ਹੋਰ ਆਦੇ, ਤੇਰੀ ਮਾਂ ਤੇ ਤਾਂ ਲੱਖਾਂ ਸਲਾਮ। ਮੇਰੀ ਜੁਰਤ ਨਹੀਂ ਜੋ ਮੈਂ ਇਹ ਲਫ਼ਜ਼ ਆਖਾਂ, ਹੀ ਇੱਕ ਗੱਲ ਦੀ ਵਜ੍ਹਾ ਤੋਂ ਅੱਜ ਹੋਰ ਅਲੈ ਸਲਾਮ ਸਰਵੀਨ ਲੈ। ਤੇਰੇ 6ਵੇਂ ਇਮਾਮ ਦਾ ਇੱਕ ਸਾਹਬੀ ਹੈ ਹਾਰੂਨ ਮੱਕੀ, ਇਹ ਗੱਲ ਨਹੀਂ ਅਗਰ ਸਮਝੋ ਤਾਂ ਮੈਂ ਇਹ ਨਹੀਂ ਜੋ ਜ਼ਾਤੀਆਤ ਕਰੇਂਦਾ ਪੀਆਂ, ਤੁਹਾਕੋ ਦੱਸੇਂਦਾ ਪੀਆਂ, ਨਿਸਬਤ ਦੀ ਇੱਜ਼ਤ ਖੜਾ ਦੱਸੇਂਦਾ। ਇਮਾਮ ਇੱਕੋ ਇੱਕ ਜਾਤ ਤੇ ਤਬਲੀਗ ਵਾਸਤੇ ਰਵਾਨਾ ਕੀਤਾ, ਜਿਹੜੇ ਵੇਲੇ ਪਹੁੰਚੇ ਨਾ ਤੇ ਲੋਕ ਇਮਾਮ ਦਾ ਨਾਇਬ ਸਮਝ ਕੇ ਕੋ ਮਿਲਦੇ ਖੜੇ ਹਨ। ਤੇ ਇੱਕ ਬੰਦਾ ਦਾਖਲ ਥੀ ਹੈ ਤੇ ਲੋਕ ਆਖਣ ਲੱਗ ਗਏ ਹਾਰੂਨ ਇੱਕ ਡੇਧਾ ਪੈ, ਇਹ ਬਹੁਤ ਵੱਡਾ ਬਦ ਕਿਰਦਾਰ ਹੈ, ਸ਼ਰਾਬੀ ਹੈ, ਜ਼ਾਨੀ ਹੈ, 100 ਆਏ ਵੀ ਨਹੀਂ ਦੇ ਵਿੱਚ। ਤੇ ਜਿਹੜੇ ਵੇਲੇ ਹਾਂ ਇੱਕ ਗੱਲ ਯਾਦ ਰੱਖੇ, ਹੀ ਵੀ ਨਿਸਬਤ ਦੀ ਸੈਅਤ, ਜਿਹੜੇ ਵੇਲੇ ਉਹ ਸੈਅਤ ਦਾਖਲ ਤੇ ਨਾ ਤੇ ਹਾਰੂਨ ਮੱਕੀ ਤਾਰੀਖ ਵਿੱਚ ਕਿਤਾਬਾਂ ਜਿਵੇਂ ਮਿਲਦਾ ਇਹ ਮੂੰਹ ਫੇਰ ਗਏ, ਉਹ ਕਹਿੰਦੇ ਸਲਾਮ ਦਾ ਜਵਾਬ ਨਹੀਂ ਸੀ ਦਿੱਤਾ। ਜਿਹੜੇ ਵੇਲੇ ਤਬਲੀਗ ਦਾ ਸਿਲਸਿਲਾ ਮੁਕਾ ਕੇ ਮਦੀਨੇ ਪਹੁੰਚੇ, ਗਾਲੀ ਬੋਰੀ ਲੱਗਦੀਆਂ ਪੈਣ ਤਾਂ ਮੈਂ ਰੁੱਖ ਤਬਦੀਲ ਚੱਕ ਰਿਹਾ। ਜਿਹੜੇ ਵੇਲੇ ਮਦੀਨੇ ਪਹੁੰਚੇ ਆਦੇ ਘਰ ਵੱਧ ਵੈਸਾਂ, ਪਹਿਲੇ ਅੱਲਾ ਦੀ ਹੁਜਤ ਕੁ ਤਾਂ ਮਿਲਾ ਵਨ,
تاریخ چ واقعہ موجود ہے جڑے ویلے امام کول پہنچے امام کو سلام کیتا امام وی اوئے بے پاسے منہ چا کیتا بردیا دے والے او تڑپن لگ گئے آخر کیڑی گستاخی میرے کول تھئی ہے جو اللہ دی حجت منہ پھیر گئی ہے اُدھے قدمہ چ بہ گئے مولا میرے کول غلطی کیڑی تھئی ہے امام فرمیندن فلان جا گیا میں ہاں مولا گیا میں تک سارے مل دے کھڑے ہیں ہاں مولا ایک بندہ آئے ایک ساری گال یاد آگا ہاں مولا میں کو تا نہ ملا او بد کردار رہی امام فرمیندن میں کو اے دس ہائی کون آدھے مولا سید ہے امام فرمیندن میرے سلام اگر چاہنے میں تے کو سلام دا جواب دے ماں وقت لگا ون اون جاتے ون اوہے لوگ کٹھے کر جنہاں نال پہلے کھڑا ہمیں وقت اون سید کو سد جیڑے ویلے سید آونے نا اپنا رخسار اپنا اے جا زمین مٹی دے اتے رکھ سید کو آگ تیرے رخساراں تے پیر رکھے تو سید کو سلام کر سید تیرے سلام دا جواب دیسی تمہیں تے کو جواب دیسی انہاں دی تبلیغ بھی سنو اے نہیں جو میں صرف اے تگال کر کے مکا چھوڑا میں نتیجہ دینا اتھائیں گی اے وان کے وہ لوگ کٹھے کیتے رخسار اپنے مٹی تے رکھے سید کو آکھے اس پیر رکھ و سلام کیتے سید جواب دیتے تے سید دین دے کول پوچھے داستا سہی کل تو منہ پھیر گیا ہمیں میری توہین کر گیا ہمیں آج ہی انداز نال میں کو سلام پیا کریں دے وجہ کیڑی ہے آدھے میں کو امام آکھے اگر اون جواب نہ دیتا تا میں منہ پھیر ویسا کربلا لن دی قسم ہے سید اتھے مٹی تے جھن کے تڑپن لگ گئے تے اون ذات دو دیکھ کے ایک وعدہ کریں دے او میرے واسطے اتنا سوچیں دے نا پچھلے گناہ تو چا معاف کر وعدہ کریں نا بیا گناہ میں نہ کرے سا اے تبلیغ اہل بیت ہے اے نہیں جو بندہ اس لعنت تک اختلاف ہوندے رہندن بھراواں بھراواں چ نہیں ہوندے بندہ کسے دا نا چاونی توہین نال نہ چاوے نا 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 بالخصوص سادات دا تے کم از کم اتنی دشمن سادات ہر دور دے دشمن سادات تے لعنت بس ایک گال ہی کیونکہ ممبر تے تھئیے میں پہلے تو کوشش کیتی ہے بھی ایویں جواب دیواں پر ہن میں ممبر دی گال دا معصومین دے فرامین نال ممبر تے جواب دیس باقی ہنج دی گال ہے تو بھول کے بھی کدائیں دی قیمت نہ لاویں یہ جڑا اعتراض کریں دن پیٹے بازی دا او بھائی او بد نصیب لوگ ان جڑے دو چار سو روپے دی وجہ تو اپنی ہنج دی قیمت لیندے نے اے او ہنج جن دی قیمت ملائکہ نہیں لا سکدے اے ہنج دی قیمت کیوں ہے اے ہنج حسین دے زخماں دا علاج ہے کہیں نہ دسا وی تے میں دسنا تیرا رات روان والا امام آدھے میرا بابا اتنا زخمی ہا سجے دی ہوا کھبے گزر ویندی ہے کھبے دی ہوا سجے گزر ویندی ہے ڈاویں دا دین ڈھل گیا تے حسین دے بخت ڈھل گئے یک لخت غربت آ گئی بین بھرا کو پریشان اٹھے یاد رکھا اے بین او ہے جڑی کنڈ دے کے سنجان ویندی ہے کولا کیا دیئے دین بچائی کھنے دین دی کشتی کنارے نال لئی کھنے روندہ کیوں ہے حسین فرمائیں بھین کنارہ ہونے نال کنارہ بہن دورے میڈی منزلی تھائیں مکدی پئیے کہیں ہک دے مہن چوتا ہے نکل سی
تبا چادر دے نال ہنجوں پہنچ کے آ دیے تو رو نہیں کنارہ دورے تے بیڑی دی لاہم میں کڑے چا کنارہ جانے تے تیری بھین جانے حسین حالے دین نہیں بچا نہ بہن حالے بہت قربانیاں راندیاں حکم دین واسطے جوان تے جو شیلی قربانی قربان کرو تو دے دی نہ پئی میں تا اکبر جیاں جوان قربان کیتا ہے قاسم جیاں سیرے پیندا قربان کیتا ہے بہن حالے خرچہ راندا ہے وردی آدھے آلے او بابا پڑھدا راندا ہا اللہ اے جیاں حوصلے آلا مشیر کہیں اے جیاں حوصلے آلا کہیں کو مشیر بھرا ہی نہیں نیتا جیو جیاں حوصلے آلی حسین کو ہمشیر عطا کی ہر منزل تے امامت دے حوصلے وداوان آلی آدھی حسین بانی شریعت نے او ذات ای آدھی نہیں کوئی ڈھیر غریب تھی ونے تو سات بھائیوال نار علاق کے قربانی کر سنگدے کریں دے ہو نا قربانی تو حسین ہوتا ایڈا کریم ہے کوئی ایندے کل قریب کوئی غریب ہوئے تو او اندیاں چھی مہینہ دیئیں قربانیاں قبول کریں دے اشارہ نہیں بے سمجھا کریں دے نا حسین آدھے ہاں بھین آدھی ہے وقت روندہ کیوں ہیں جوڑی تو میں بھی بچائی بیٹھی ہیں پہلے اپنی نسل مکوئی ہے وقت حوصلہ دیکھ پتران کو رننی نہیں ثابت کر میں کوئی جو کتھا ہی رننی ہوئے حسین آکھ ہے اجازت دیتی ہے حکمان آکھ ہے سرو آدھی میں علی دی دھیاں میں اکبر دا صدقہ کر چھوڑے میں صدقے کو یاد کر کے کیوں رو میرے تے صدقہ حرام ہے میں سید آدیاں ہاں رومن دے حقی تے تا وعدہ کریں دیاں کہیں رومن دیتا نویک لیتا ہے کو رو سا حسین آدھے بین مشورہ میں کو سونا لیتا ہی نا امید نا امرول قیس دی دھی میں کوئی انکار کرے سی پر بھین حالے میں دا اصغر بہن چھوٹے ماں دی تھنج پیندے اندے کل موت دی اجازت کی میں منگا میں مہنہ تو میرے نال جل پہلے تو میں کوئی انکار نہ کرے سی ہر لفظ دی قدر کریں دے ہو تضایا ہی کوئی نہ کرے حسین فرمیندے نال لگی جو کہیں وجہ تو انکار کرے تو میری غربت دی سفارش کریں جو میری نماز دا ویلا قریب علی دی دی خیمہ دے باہر کھڑ گئی حسین خیمہ دے اندر داخل تھے ڈٹھس کیڑا منظر ہے چھ مہینہ دے پتر کو کربلا دی گرم ریت تو چا کے چادر دے نال ونگرے والا چوں ریت کٹ دی بیٹھی اتھے ایک مرسیا سو سال کول پرانا بزرگاں دی یاد وچ پڑھنا چاہنا حسین جڑی اصغر دی ماں نال گل کیتی ہے وین سنا وا ابن ابو تراب رباب کنو پوچھا آن کے آل علی اصغر دا میرو لکھا ہے بھائی میرو لکھا ہے ابن آدھن پتر کو سین ذاکری تے مہر لئیے تو تو کوکا نہ رو سین مجلس مکئی تو نہ کھڑا
Abu Turab eh tuade te mere maula Ali da lakab. Ali de putra apne haram Rabab kol asghar da hal puchhe. Keda hal kime khak te chal. Aflaak lathae daso aal hawaal Ali Asghar da Sayyadat Asghar di maa Aasmaan da chan mitti te kiwein Kainda pathar da dil nahi honda Hussain eh puchha ozi Meda chhi mahina da putr Edi garam rete kime samai Dar gai eh Ehi andad naal kamde hat vadene Jeda sardar ku jawab dite Stare matam waste kafi Zahara jaya سونے فریاد مڈی اے وی کرن ویندا اے امداد تری آئی میں کرلا جی میں ہن پیا کرلا تے کو پارت ہووے Lajpal Sayyad Rakhi Sharam Sambhal Ali Asghar Da Sara Samjha Gila Nahi Hale Main Sahib Diya Roj Diya Satna Padhi Nahi Eh Jadi Akhri Satta Rhe Na ਹੁਣ ਤਾਂ ਸਾਰੀ ਸਰੈਕੀ ਬਦਲ ਗਈ ਹੈ ਬਹੁਤ ਢੇਰ ਸਾਰੀ ਇਹ ਠੋਸ ਸਰੈਕੀ ਦੀ ਸੱਤਰ ਰੱਖੇ ਸ਼ਰਮ ਸੰਭਾਲ ਅਲੀ ਅਸਗਰ ਦਾ ਇੱਕ ਲਾ ਚਾ ਇੱਕ ਜਾਤ ਮੈਂ ਵੈਣੀ ਥੋ ਕਰਨੇ ਜਾਂ ਇੱਕ ਜਾਤ ਇੱਕ ਕੈਸਰ ਤੂੰ ਹੀ ਪਾਸੇ ਆ ਮੈਂ ਰੱਖੇ ਸ਼ਰਮ ਸੰਭਾਲ ਬਸ ਠੀਕ ਅਲੀ ਅਸਗਰ ਦਾ ਮੈਂ ਇਥੋਂ ਪੜਨਾ ਤੇਲਾ ਮਿਜ਼ਾਜ ਬਾਇਪਾਸ ਹਟ ਗਿਆ ਤੇ ਤੇਰੀ ਆਪਣੀ ਕਿਸਮਤ ਅਗਰ ਰੋਣ ਆਇਆ ਬੈਠੇ ਤਾਂ ਦੱਸਾਂ ਇਹਦਾ ਤਰਜਮਾ ਕੀ ਬਣਦਾ ਹੈ ਹੱਥ ਬਨ ਕੇ ਆਦੀਏ ਨਾ ਬੈ ਸੰਗਦਾ ਏ ਨਾ ਗਰਦਨ ਝਲੇਂਦਾ ਏ ਜਪਾਲੇ ਜਿਨੂੰ ਤੀਰ ਆਵੇ ਮੇਰੇ ਬਚੜੇ ਦੀ ਗਰਦਨ ਮੁੜੇਂਦਾ ਰਹੇ ਹੋ ਨਹੀਂ ਗੇ ਮੇਰੇ ਇਸੇ ਦੀ ਮੁਕਾਂ ਆਦੀਏ ਨਾ ਬੈ ਸੰਗਦਾ ਨਾ ਗਰਦਨ ਝਲੇਂਦਾ ਮੈਨਾਂ ਦਾ ਮਜਲਾਲੇ ਮੈਦਾਨ ਕਿਦੀ ਵੈਨੇ ਜਿਨੂੰ ਤੀਰ ਆਵੇ ਮੇਰੇ ਬਚੜੇ ਦੀ ਗਰਦਨ ਮੁੜੇਂਦਾ ਰਹੇ ਸਯਦਾ ਦੇ ਅਸਗਰ ਦੀ ਮਾਂ ਮੇਰੇ ਸਵਾਲ ਦਾ ਜਵਾਬ ਠੀਕ ਨਹੀਂ ਆਇਆ ਮੈਂ ਇਹ ਨਹੀਂ ਪੁੱਛਾ ਜੋ ਬੈ ਸੰਗਦਾ ਜਾਂ ਨਾ ਗਰਦਨ ਝਲੈਂਦਾ ਜਾਂ ਨਾ ਮੇਰੋ ਦੇਖੋ ਬਾਬਾ ਮੇਰੋ ਦੇਖੋ ਮੈਂ ਇਹ ਸਵਾਲ ਕੀਤਾ ਹੈ ਮੇਰੇ ਬੱਚੜੇ ਕੋ ਮਿੱਟੀ ਤੇ ਕਿਉਂ ਸਮਾਈ ਹੱਥ ਬਨ ਕੇ ਆਦੀ ਹੈ ਮੇਰੀ ਕੋਈ ਕਸੂਰ ਨਹੀਂ
ਆਪ ਮਿੱਟੀਆਂ ਨਾਲ ਪਿਆਰ ਵਧਾ ਬਣਦਾ ਮੈਂ ਪੀਂਗਾ ਸਮੇਂ ਦੀਆਂ ਜਿਹੜੇ ਵੇਲੇ ਦੀ ਤੈ ਅਕਬਰ ਦੀ ਬਰਛੀ ਛਿੱਕੀਏ ਪੀਂਗਾ ਸਮੇਂ ਦੀਆਂ ਉਛਲ ਕੇ ਜ਼ਮੀਨ ਤੇ ਆ ਪਹੁੰਦਾ ਏ ਇਰਕਾ ਦੇ ਭਾਰ ਮੈਦਾਨ ਦਾ ਟੁਰ ਪਹੁੰਦਾ ਏ ਓਲੇ ਓਲੇ ਆਧਾ ਟੁਰਨ ਜੋਗਾ ਨਾ ਉਹ ਨਹੀਂ ਤਾਂ ਤੇਰੇ ਕਾਤਲ ਕੋਲ ਪੁੱਛਾ ਬਰਛੀ ਕਿਵੇਂ ਮਰੀਂਦੀ ਏ ਇਵੇਂ ਕੁਰਲਾ ਜਿਵੇਂ ਹੁਣ ਪਿਆ ਕੁਰਲਾ ਮੈਂ ਨੌਕਰ ਟੁਰਨ ਜੋਗਨ ਨੀ ਤਵਾਂ ਕੇ ਪੁੱਛਾ ਬਰਛੀ ਕਿਵੇਂ ਮਾਰੀ ਆਈ ਸਯਾਦਾ ਦੇ ਤਿਆਰੇ ਆਦਿ ਜਨਾਬ ਦਾ ਇੰਤਜ਼ਾਰ ਸਯਾਦਾ ਦਾ ਘਿਨ ਮੰਨਿਆ ਉੱਤਾਂ ਨੇ ਕਿਹਾ ਦੀਏ ਅਕਬਰ ਦਾ ਸਦਕਾ ਹੀ ਮੈਂ ਤੈਨੂੰ ਦੀ ਬਖਸ਼ੀ ਬੈਠੀ ਆ ਮਾਂ ਜਿਹੜੀ ਜੁਰਾਤ ਵਾਲੀ ਹੋਵੇ ਹੁਣੀ ਬੈਠੀ ਐ ਮੈਂ ਆਦਾ 6 ਮਹੀਨਾ ਦਾ ਬਾਲ ਹੋਵੇ ਸੱਕਾ ਬਹਿਣ ਫਿਰਾਈ ਮੰਗੇ ਮਾਂ ਚਾਵਣ ਵਾਸਤੇ ਨਹੀਂ ਦੇਂਦੀ ਮਤਾ ਜਾਣ ਪੋਵੇ ਇਹ ਕਿਹੜੀ ਜੁਰਾਤ ਵਾਲੀ ਮਾਂ ਏ ਖੁਸਣ ਵਾਸਤੇ ਚੱਲਦਾ ਗਿਨਵਨ ਹੁਸੈਨੀ ਵੇ ਚਾਏ ਜਿਵੇਂ ਕਾਰੀ ਕੁਰਾਨ ਚਾਹੁੰਦੇ ਇਹੀ ਅੰਦਾਜ਼ ਨਾਲ ਦਰਜਾਤ ਬੁਲੰਦੋ ਮਿਲ ਅਲਾਮਾ ਹੁਸੈਨ ਬਖਸ਼ ਜਾੜਾ ਦੇ ਉਹ ਪੜਦੇ ਰਹਿੰਦੇ ਐਨ ਪੂਰੀ ਜ਼ਿੰਦਗੀ ਦੇ ਵਿੱਚ ਈਸੈਨ ਹੁਸੈਨ ਦੇ ਬਰਾਬਰ ਆ ਕੇ ਕਦਾਂ ਕੋਈ ਗੱਲ ਨਹੀਂ ਕੀਤੀ ਅੱਜ ਕੋ ਲਈਏ ਆਦੀਏ ਪਿਓ ਬਣ ਕੇ ਨਹੀਂ ਮਾਂ ਬਣ ਕੇ ਚਾਹ ਸਯਾਦਾ ਦੇ ਕਿਵੇਂ ਚਾਵਾਂ ਅਸਗਰ ਕੋ ਗਿੱਦਸ ਆਪ ਅਸਗਰ ਦਾ ਮੂੰਹ ਹੁਸੈਨ ਦੇ ਮੂੰਢਾਂ ਤੇ ਰੱਖਸ ਅਸਗਰ ਦੇ ਪੈਰ ਆਪ ਸਿੱਧੇ ਕੀਤੇ ਨੇ ਇਰਕਾਂ ਸਿੱਧੀਆਂ ਕੀਤੀਆਂ ਨੇ ਹੁਸੈਨ ਦੀ ਅਬਾ ਨੱਪੀਏਸ ਅਸਗਰ ਦੇ ਉੱਤੋਂ ਅਬਾ ਦਾ ਲੜ ਵਲਾ ਕੇ ਆਦੀਏ ਛਾਂ ਬਣਾਈ ਵਨੀ ਆ ਗਰਮੀ ਡਾਡੀ ਓ ਮੈਡਾ ਦੱਸਾ ਬਚੜਾ ਮੈਂ ਤਾਂ ਸਫ਼ਰ ਚ ਧੂਪ ਨਹੀਂ ਲੱਗਣ ਦਿੱਤੀ ਬੜਈ ਬਨੇ ਗਰਮੀ ਦਾ ਲੋਰੇ ਮੈਡਾ ਬਚੜਾ ਕਮਲੋਰੇ ਸਯਾਦਾ ਦੇ ਅਸਗਰ ਦੀ ਮਾਂ ਮੈਂ ਛਾਂ ਨੱਬਣਾ ਵਾਂ ਆਸਮਾਨ ਤੂੰ ਬੱਦਲ ਦਾ ਟੁਕੜਾ ਛਾਂ ਬਣੇ ਸੀ ਇਵੇਂ ਨਾ ਜਿਬਰਾਈਲ ਪਰਾਂ ਦੀ ਛਾਂ ਬਣੇ ਸੀ ਹੁਸੈਨ ਆਦਮ ਮੈਂ ਉਵੇਂ ਚਾਹੇ ਜਿਵੇਂ ਪਹਿਲੇ ਚੈਨਾ ਪਿਓ ਵਾਂਗ ਇਹ ਕਿਉਂ ਆਖਈ ਜੋ ਮਾਂ ਵਾਂਗ ਚਾ ਬੀਬੀ ਆਦੀ ਬਈ ਕੋਈ ਗੱਲ ਨਹੀਂ ਤੇਰਾ ਮੂੰਹ ਆਉਣੇ ਮੈਦਾਨ ਵਾਲੇ ਪਾਸੇ ਸਮਝ ਆ ਸੀ ਅਸਗਰ ਦਾ ਮੂੰਹ ਆਉਣੇ ਖਿਆਮ ਵਾਲੇ ਪਾਸੇ ਚਾਹੀਆਂ ਮੈਦਾਨ ਦਵੇ ਨਾ ਤੱਕ ਅਸਗਰ ਮੈਂ ਤਾਂ ਦੇਖੇ ਮੈਂ ਬਚੜੇ ਤਾਂ ਦੇਦੀ ਰਵਾ ਜਾਣੇ ਵਦਮਾ ਪੁੱਤਰਾਂ ਦੀ ਮੁਲਾਕਾਤ ਕਦੋਂ ਆਉਣੀ ਹੁਸੈਨ ਚਾਹ ਕੇ ਟੁਰਾਏ ਮਾਂ ਚੁੱਪ ਕਰਕੇ ਦੇਦੀ ਰਹੀ ਮੇਰਾ ਦਾਦਾ ਪੜਦਰਾਂ ਦਾ ਏ ਸਿਰਫ ਈ ਮਾਂ ਦੀ ਜੁਰਤ ਜਿਹੜੀ ਦੇਦੀ ਰਹੀ ਵੱਤ ਜੀਂਦੀ ਰਹੀ
دیدی حسرات تے کھڑی ہے اصغاری تک تھائی دیکھ سے لا محرم دی رات تو جوانی ہونٹ بند کرے نا کھول لین سنگ دے اے چھ مہینہ دا بال اکھیں دس گئی ہیں ستواں قدم حسین چاہے اصغر ہولی جی آنکھ کھولی اتھائی تک کوئی لکھن والا لکھ گئے او تر تر دے دھن آئے ماں دا جڈا جیند رہے دن تھوڑی او جیندے چوٹیاں والے کھڑ نہیں سنگی ایک جگر تے رکھس بیا کمر تے رکھ کے باندھی باندھی مٹی تے بہ گئے حسین پچھا ول سیدہ دے تڑپ دی کیوں پئیے میری آخری نشانی اگر آنکھیں تے بچڑا ولا دیم راہ بنا دیم ون وطن ول ون آدی اکبر دا بابا پتر کو نہ روندی میں کو روائے تا تیرے نانے دی شریعت کوئی سنی برا مجلس وچ بیٹھے تا او کو دعوت پیا دین میں کو تڑپائے تا تیرے نانے دی شریعت سیادہ دے میرے نانے دی کیڑی شریعت تڑپائی قدمہ تے ہاتھ رکھ کے آدیا تیرا نانا دے کسن والا حیوان آوے پل پانی پلاؤ میرا چونیاں دا تزئی وے بابا علی اکبر دا ماتم کر ادی چشا کو ہن گھدی وے نے سیدہ دے دعا کر گھدی پانی پلاون وے نہ اگر دنیا دی گالی کر کھڑا ہوا تو معاف چکر ہے وقت بھی کوشش بھی آ کریں نا میں بانی دا وقت پورا پیا پڑنا بھاویں جتنی بھی جلدی ہے دعا کر مل پوس میدان چ گھن آئے فوج چ ہل چل مچ گئی قرآن دا میلہ چاہیے فوجی تڑپن لگ گئے عمر ابن سعد فوجیاں چ گھوڑا بھجائے ہک ہک دو دیکھ کے آدھا ودائیں دکھائی نہیں مننی میدان دویچ بھاوے لاکھ قرآن دکھاوے آدھائیں دی ماں ولی ہائی ہاتھ رکھ پاسے تے اٹھدا بہندا آوے کوئی تے ہو سی جڑا برکے کو رون آیا ہو سی تسا سچے دے بیٹھے ہو اے ناچ ناچ گیا دا ودائی کو خطرہ اے بھین دی اوئی کو خطرہ اے بھین دی قرآن دا میلہ نہیں مننا سیدہ دا قرآن نہیں نہ تک قرآن دا آخری پار ہے سیدہ دا میڈا تسا بچڑا ہے ڈاڈی دے حق مار چوئی ایک گھٹ پانی دا منگ دے اور زیادہ آلے ہو توارے کل پچھنا پانی ملے اگر پانی مل ونیا تا صدیاں تو ایویں نہ رو ایڈو بھین بھرا ان بابا میں بسم اللہ میں وقت دی مجبوری ہے میں دکھ وداونا چاہنا ایڈو بھین بھرا ان
ਜਿਨ੍ਹਾਂ ਦੀ ਵਜ੍ਹਾ ਤੂੰ ਅੱਜ ਦੁਨੀਆ ਆਦੀ ਹੈ, ਜੰਗ ਨਹੀਂ ਜ਼ੁਲਮ ਹੋਏ। ਇਹ ਓਏ ਜੇ ਕਰਬਲਾ ਦੀ ਜੰਗ ਪਾਣੀ ਮੰਗ ਕੇ ਜੀਤੀ। ਉਮਰ ਇਬਨ ਸਾਦ ਹੁਰਮਿਲ ਕੋਲ ਆ ਕੇ ਆਦੇ ਜੀਤੀ ਹੋਈ ਜੰਗ ਪਹਿਰਦੇ ਇੱਕ ਤੀਰ ਮਾਰ। ਹੁਰਮਿਲ ਆਦੇ ਹਯਾ ਕਰ, ਮੈਂ ਕੁਬਾਲਾ ਨਾ ਲੜੇ ਨੇ। ਆਖਾ ਤਾਂ ਅਬਾਸ ਦਾ ਵੀ, ਉਹ ਵੀ ਚੁੱਪ ਕਰਕੇ ਸਮ ਗਏ। ਨਾਲੇ ਮੇਰੇ ਕੋਲ ਹੁਣ ਹਥਿਆਰ ਉਹ ਬਚ ਗਏ ਜਿਹੜਾ ਹੈਵਾਨਾ ਘੁਮਰੀਂਦ ਜੰਗਲਾਂ ਦੇ ਵਿੱਚ, ਹਾਥੀਆਂ ਘੁਮਰੀਂਦ। ਇਹ ਆਦੇ ਕੇ ਵਧਾ ਦੇ ਥੈ, ਜਿਹੜਾ ਬਚ ਗਈ ਉਹ ਮਾਰ। ਮੈਂ ਕੋ ਮਾਫ ਚੱਕਰ ਆਈ, ਤੀਰ ਕਮਾਨ ਚ ਪਾਤੇ, ਹੁਣ ਮੈਂ ਮਿੰਨਤ ਨਹੀਂ ਕਰਨੀ। ਗੋਡੀ ਲਈ ਐਸ ਛਿੱਕੀ ਦੇਵਣ ਲੱਗੇ, ਤੀਰ ਢਹਿ ਪਏ। ਉਮਰ ਇਬਨ ਸਾਦ ਪੇਰ ਦੀ ਠੋਕਰ ਮਾਰੀਏ ਕੈਪੀਆ ਕਰੇਂਦਾ, ਔਰ ਮੈਂ ਲਾ ਦੇ ਪੇ ਔਲਾਦ ਉਸੇ ਆ ਮੇਰੇ ਕਰੀਬ ਤੱਡਾ ਤੀਰ ਮਾਰਨ ਲੱਗਦਾ। ਉਹ ਕਾਲੀ ਕਨਾਤ ਚੁੱਡੂ ਹੱਥ ਬਹਿਰਾ ਵੇਂਦੇ ਨਾ, ਅੱਲਾ ਜਾਣੇ ਮਾਹੀਸੀ ਯਾ ਭੀਣ। ਕੁਰਾਨ ਚਾ ਕੇ ਆਦੀ ਹੈ ਜੰਗ ਹੋਂਦੀ ਹੈ ਨਾਲ, ਓ ਜਵਾਨ ਦੇ ਤੂੰ ਬਾਲ ਤੇ ਜ਼ੋ। ਮਾਲਕ ਇਬਾਦਤ ਕਬੂਲ ਫਰਮਾ ਰਸੂਲ।